ਵਿਦਵਾਨ ਕਹਿੰਦੇ ਨੇ ਦੁੱਖ ਦਾ ਉਦਣ ਪਤਾ ਲੱਗਦਾ ਜਿੱਦਣ ਆਪਣੇ ਪਿੰਡੇ ਤੇ ਪਵੇ, ਜਿੱਦਣ ਆਪਣੇ ਸਿਰ ਤੇ ਪਵੇ ਉਦਣ ਪਤਾ ਲੱਗਦਾ ਜ਼ਿੰਮੇਵਾਰੀ ਕੀ ਹੁੰਦੀ ਹੈ, ਦੁੱਖ ਕੀ ਹੁੰਦਾ ਹੈ, ਮਜ਼ਬੂਰੀ ਕੀ ਹੁੰਦੀ ਹੈ। ਕਿਸੇ ਦੇ ਘਰ ਨੂੰ ਅੱਗ ਲੱਗੀ ਤੇ ਬੰਦਾ ਕਹਿੰਦਾ ਬਸੰਤਰ ਦੇਵਤਾ ਮੱਚਦਾ, ਕੋਈ ਗੱਲ ਨੀ ਬਸੰਤਰ ਦੇਵਤਾ ਹੀ ਏ। ਜਦਣ ਉਹ ਆਪਣੇ ਘਰ ਨੂੰ ਲੱਗੇ ਤੇ ਕਹਿੰਦਾ ਭਾਂਬੜ ਮੱਚੇ, ਜਿਸ ਤਨ ਲਾਗੇ ਸੋਈ ਜਾਣਾ, ਜਿਹਦੇ ਤਨ ਨੂੰ ਲੱਗੇ ਜਾਣਦਾ ਤੇ ਉਹ ਹੈ। ਜਿੱਦਣ ਮੱਸਾ ਰੰਗੜ ਗੱਡਿਆਂ ਦੇ ਗੱਡੇ ਭਰ ਕੇ ਸਿੱਖਾਂ ਦੇ ਸਿਰ ਲੈ ਕੇ ਜਾਂਦਾ ਸੀ ਨਾ, ਤੇ ਮੱਸੇ ਦੀ ਬੇਗਮ ਅੱਗੇ ਹੋ ਕੇ ਪੈਸੇ ਗਿਣਿਆ ਕਰਦੀ ਸੀ ਮੱਸੇ ਕੋਲੋਂ ਲੈ ਕੇ ਲਿਆਓ, ਅੱਜ 20 ਸਿਰ ਲੈ ਕੇ ਗਏ ਸੀ, 20 ਸਿਰਾਂ ਦੇ ਕਿੰਨੇ ਪੈਸੇ ਮਿਲੇ ਆ, ਕਿਉਂਕਿ ਜਦੋਂ ਸਿਰਾਂ ਦੇ ਮੁੱਲ ਪੈਂਦੇ ਸੀ। ਅੱਜ 50 ਸਿਰ ਖੜੇ ਤੇ 50 ਸਿਰਾਂ ਦੇ ਕਿੰਨਾ ਕੁ ਮੁੱਲ ਪਿਆ ਮੈਨੂੰ ਦੱਸੋ, ਤੇ ਜਿਹਦੇ ਕੋਲ ਪੈਸੇ ਇਕੱਠੇ ਕਰਦੀ ਸੀ ਅੱਜ ਉਹਦਾ ਹੀ ਸਿਰ ਨਹੀਂ ਰਿਹਾ ਤੇ ਆਪ ਦੁਹੱਥੜੇ ਮਾਰਦੀ ਬੈਠੀ। ਕਹਿੰਦੀ ਸੂਬੇਦਾਰਾ ਮੇਰੇ ਸਿਰ ਦਾ ਸਾਈ ਉੱਜੜ ਗਿਆ, ਮੈਂ ਜਿਉਂਦੀ ਤਦ ਵਸਦੀ ਹਾਂ, ਮੈਂ ਜਿਉਂਦੀ ਤਦ ਬਚਦੀ ਹਾਂ ਜੇ ਮੈਨੂੰ ਬਦਲਾ ਲੈ ਕੇ ਦਵੇ। ਤੇ ਸੂਬੇਦਾਰ ਨੇ ਆਖਿਆ ਵੀ ਚੌਧਰੀ ਤੇ ਕਹਿੰਦੇ ਸੀ ਪੰਜਾਬ ਚੋਂ ਸਿੱਖੀ ਖਤਮ ਹੋ ਗਈ ਹੈ, ਆ ਦੋ ਕਿੱਥੋਂ ਆਏ। ਉਹਨੇ ਆਪਣੇ ਅਹਿਲਕਾਰਾਂ ਨੂੰ ਆਖਿਆ ਵੀ ਲਿਆਓ ਸਾਰੇ ਚੌਧਰੀ ਇਕੱਠੇ ਕਰਕੇ, ਜਿਹੜੇ ਮੇਰੇ ਕੋਲੋਂ ਪੈਸੇ ਖੜਦੇ ਰਹੇ ਆ ਵੀ ਇੰਨੇ ਮਾਰ ਦਿੱਤੇ, ਅੱਜ ਇੰਨੇ ਮਾਰ ਦਿੱਤੇ ਤੇ ਪੰਜਾਬ ਚੋਂ ਸਿੱਖ ਖਤਮ ਹੋ ਗਏ ਆ। ਪੰਜਾਬ ਚ ਸਿੱਖ ਤੇ ਉਦਾਂ ਹੀ ਤੁਰੇ ਫਿਰਦੇ ਆ। ਇਹ ਕੱਲਾ ਜ਼ਕਰੀਆ ਖਾਨ ਨੇ ਨੀ ਸਿੱਖਾਂ ਦਾ ਮੁੱਲ ਪਾਇਆ, ਤੁਹਾਡੇ ਚੋਂ ਬਹੁਤਿਆਂ ਨੇ ਆਪਣੇ ਪਿੰਡੇ ਤੇ ਹੰਡਾਇਆ ਅੱਜ ਤੋਂ 30 ਸਾਲ ਪਹਿਲਾਂ ਉਹ ਦਰਦ, ਜਦੋਂ ਪੰਜਾਬ ਦੀ ਧਰਤੀ ਤੇ ਪੰਜਾਬ ਦੀ ਜਵਾਨੀ ਦਾ ਮੁੱਲ ਪੈਂਦਾ ਸੀ। ਇੰਨੇ ਮੁੰਡੇ ਮਰਵਾ ਦੇ ਤੈਨੂੰ ਆਹ ਰੈਂਕ ਦਿੱਤਾ ਜਾਵੇਗਾ, 7 ਮੁੰਡੇ ਮਰਵਾ ਦੇ ਤੈਨੂੰ ਹੌਲਦਾਰ ਬਣਾਇਆ ਜਾਵੇਗਾ, 15 ਮੁੰਡੇ ਮਰਵਾ ਦੇ ਤੈਨੂੰ ASI ਬਣਾਇਆ ਜਾਵੇਗਾ, SP ਬਣਾਇਆ ਜਾਵੇਗਾ, SSP ਬਣਾਇਆ ਜਾਵੇਗਾ। ਕੁਰਸੀ ਦੇ ਲਾਲਚ ਵਿੱਚ ਉਹਨਾਂ ਦਿਨਾਂ ਚ ਪੰਜਾਬ ਦੀ ਜਵਾਨੀ ਦਾ 25,000 ਮੁੰਡੇ ਦਾ ਰੱਜ ਕੇ ਸ਼ਿਕਾਰ ਖੇਡਿਆ ਗਿਆ। ਉਹ ਖਾੜਕੂ ਥੋੜਾ ਸੀ, ਸਾਰੇ ਇੰਨੇ ਖਾੜਕੂ ਹੁੰਦੇ ਤੇ ਧੂੜਾਂ ਪਟਾ ਕੇ ਰੱਖ ਦਿੰਦੇ ਸਰਕਾਰਾਂ ਦੀਆਂ। ਉਹਦੇ ਕੋਈ ਰੋਈ ਤੇ ਕੰਮ ਕਰਦਾ, ਕੋਈ ਦੁਕਾਨ ਤੇ ਕੰਮ ਕਰਦਾ, ਕੋਈ ਕਿਤੇ ਕੰਮ ਕਰਦਾ, ਕੋਈ ਕਿਤੋਂ ਚੁੱਕ ਲਿਆ, ਕੋਈ ਕਿਤੋਂ ਚੁੱਕ ਲਿਆ, ਨਹਿਰ ਤੇ ਲਿਆ ਕੇ ਮੁਕਾਬਲੇ ਬਣਾ ਦਿੱਤੇ ਗਏ। ਜ਼ਕਰੀਆ ਖਾਨ ਨੇ ਆਖਿਆ ਲਿਆਓ ਸਾਰੇ ਚੌਧਰੀ। ਚੌਧਰੀਆਂ ਨੂੰ ਪਾਇਆ ਢਿੱਡ ਪਰਨੇ ਲੰਮੇ, ਰੱਜ ਕੇ ਫੇਰਿਆ ਛਿੱਤਰ, ਕਹਿੰਦਾ ਮੇਰੇ ਕੋਲ ਖੜੇ ਤੁਸੀਂ ਪੈਸੇ ਕਿ ਪੰਜਾਬ ਚੋਂ ਸਿੱਖੀ ਹੋ ਗਈ ਹੈ ਖਤਮ, ਛੇਤੀ ਦੱਸੋ ਮੱਸੇ ਦੇ ਕਾਤਲ ਕਿੱਥੋਂ ਆਏ ਆ। ਚੌਧਰੀਆਂ ਵਿੱਚੋਂ ਇੱਕ ਚੌਧਰੀ ਆ ਹਰ ਭਗਤ ਨਿਰੰਜਣੀਆਂ ਜੰਡਿਆਲੇ ਵਾਲਾ, ਉਹਨੇ ਆਖਿਆ ਮੈਨੂੰ ਪਤਾ ਕਾਤਲ ਕਿੱਥੇ ਨੇ, ਹੱਥ ਬੰਨ ਜੰਡਿਆਲੀਏ ਅਰਜ ਕੀਤੀ, ਹੋਵੇ ਹੁਕਮ ਤਾਂ ਕਰਾਂ ਬਿਆਨ ਸੂਬੇ, ਅਸੀਂ ਮਾਰਦੇ ਮਾਰਦੇ ਥੱਕ ਲੱਥੇ, ਇਹ ਸਗੋਂ ਦੂਣੇ ਹੁੰਦੇ ਜਾਣ ਸੂਬੇ, ਜਾਣੇ ਰਾਮ ਹੀ ਸਿੱਖਾਂ ਦੀ ਨਾ ਸਮਝ ਆਵੇ, ਇਹ ਕਿਹੋ ਜਿਹੇ ਨੇ ਇਨਸਾਨ ਸੂਬੇ। ਉਹਨੇ ਆਖਿਆ ਬੁਝਾਰਤਾ ਨਾ ਪਾ, ਨਾ ਦੱਸ। ਕਹਿੰਦਾ ਮਹਿਤਾਬ ਸਿੰਘ ਭੰਗੂ ਮੀਰਾ ਕੋਟੀਆ, ਪਹਿਲੇ ਦਾ ਨਾਂ ਦੱਸਣ ਲੱਗਾ, ਮੁਖਬਰੀ ਕਰਨ ਲੱਗਾ। ਮਹਿਤਾਬ ਸਿੰਘ ਭੰਗੂ ਮੀਰਾ ਕੋਟੀਆ, ਬੜਾ ਧਾੜਵੀ ਅਤੇ ਬਲਵਾਨ ਸੂਬੇ, ਇੱਕ ਇਹ ਤੇ ਇਹੋ ਜਿਹਾ ਹੀ ਨਾਲ ਇਹਦੇ ਸੁਖਾ ਸਿੰਘ ਮਾੜੀ ਕੰਬੋ ਕੇ ਦਾ ਤਰਖਾਣ ਸੂਬੇ, ਮੱਸੇ ਰੰਗੜ ਦੇ ਕਾਤਲ ਨੇ ਹੈਣ ਦੋਵੇਂ, ਇਹਨਾਂ ਦੋਵਾਂ ਨੇ ਮਾਰਿਆ। ਤੇ ਕਹਿੰਦੇ ਮੱਸਾ ਇੱਕ ਨਾ ਮਾਰਿਆ ਸਮਝ ਲੈਣਾ ਵਾਰੀ ਅਸਾਂ ਦੀ ਵੀ ਆਈ ਜਾਣ ਸੂਬੇ, ਸਾਡੀ ਵੀ ਵਾਰੀ ਆਈ ਜਾਣ। ਕਹਿੰਦਾ ਮਿਲਣਗੇ ਕਿੱਥੇ, ਕਹਿੰਦਾ ਦੋਵੇਂ ਨਹੀਂ ਹੈਗੇ, ਇਹ ਚਲੇ ਗਏ ਬੀਕਾਨੇਰ ਜਿੱਥੇ ਮੱਸੇ ਦੇ ਸਿਰ ਨਾਲ ਇਹਨਾਂ ਖੁਦੋ ਖੁੰਡੀ ਖੇਡੀ ਆ। ਪਰ ਰਾਜਨੀਤੀ ਕਹਿੰਦੀ ਸਿਰ ਦੇ ਬਦਲੇ ਸਿਰ, ਖੂਨ ਦੇ ਬਦਲੇ ਖੂਨ, ਸਾਨੂੰ ਸਿਰ ਦੇ ਵੰਡੇ ਸਿਰ ਚਾਹੀਦਾ ਏ। ਹਰ ਭਗਤ ਨਿਰੰਜਣੀ ਜੰਡਿਆਲੇ ਵਾਲੇ ਨੇ ਆਖਿਆ ਸਿਰ ਦੇ ਵੰਡੇ, ਮੈਂ ਤੁਹਾਨੂੰ ਸਿਰ ਲੱਭ ਦੇਣਾ ਅੱਖੋ ਤੇ। ਰਾਜਨੀਤਿਕ ਬੰਦਾ ਕਿਸੇ ਦਾ ਸਕਾ ਨਹੀਂ, ਲੀਡਰ ਵਾਸਤੇ ਕੋਈ ਧਰਮ ਮਾਇਨੇ ਨਹੀਂ ਰੱਖਦਾ, ਕੋਈ ਕੌਮ ਮਾਇਨੇ ਨਹੀਂ ਰੱਖਦੀ, ਕੋਈ ਧਾਰਮਿਕ ਕਦਰਾਂ ਕੀਮਤਾਂ ਮਾਇਨੇ ਨਹੀਂ ਰੱਖਦੀਆਂ, ਉਹਦੇ ਵਾਸਤੇ ਸਿਰਫ ਕੁਰਸੀ ਮਾਇਨੇ ਰੱਖਦੀ ਏ। ਆ TV ਅਖਬਾਰਾਂ 'ਚ ਤੁਸੀਂ ਵੇਖਿਆ, ਜਿਹੜੇ ਗਏ ਹੋਣਗੇ ਠੀਕ ਆ, ਜਿਹਨਾਂ ਨਹੀਂ ਜਾ ਕੇ ਵੇਖਿਆ,
करतारपुर साहब का लांघा खुलिया, समागम होए दो बन्ने, पहला साढ़े बन्ने होया मुड़ के पाकिस्तान च होया। जिन्होंने नैट के उत्ते जां टीवी उत्ते पाकिस्तान का समागम वेखिया होगा उन्होंने ते हाथ जुड़े होणगे कि गैर सिखां च कितनी भावना है। साडे लीडर ने जिहड़ी कड़ी स्टेज ते घोली जिहड़ी खेल डाके इन्होंने अपने सिर विच पाई कि चौधरपुणे का छज मैनू बन दिओ, चौधरपुणे का छज मैनू बन दिओ, यह लांघा मैं खलवाया, यह लांघा मैं खलवाया। उत्थे लाइनां लगियां सी लांघा खलाउण वालियां वालियां भी असीं खलाया। राजनीतिक बंदा किसी का सका नहीं। हर भगत नरंजनिया जंडियाले वाले आखा सिर चाहिदा ना, आखा हां, कहिंदा महताब सिंह भंगू मीरां कोटिए दे पिंड नूं पाओ घेरा, कहिंदा उत्थे की लभू, कहिंदा उत्थे उहदा सत्तां अठां सालां दा मुंडा हैगा जी, लभ लियाओ, सिर वढ के मसे की बेगम नूं विखाओ भी तेरे पति का कातल ते नहीं लभा, उहदे पुत का सिर लै जांदा, खुश आ, औरत जात है इन्नी जी खुश हो जाए नखा। अच्छा चलो फौज नूरदीन फौजदार मसे रंगड़ दे भरा सारे चौधरी वाहोदाई भजे ते पिंड मीरां कोट नूं आके घेरा पा लैंदे। मीरां कोट नूं पिंड दे लोग कट्ठे होए किस दरबारों, लाहौर दरबार तो पुलिस चढ़ के आई है, सिपाही चढ़ के आए ने, चौकीदार खलोता सी, उन्हें आखा जनाब बहन का प्रबंध करिए तुहाडे, क्योंकि चौकीदार ते सरपंच दो इदां दे बंदे हुंदे ने पिंड च, भावें हजार किले वाला वसदा होवे जिहड़ा बाहरों सरकारी बंदा आया पहला सरपंच जां चौकीदार नूं आवाज मारेगा, यह दो बंदे अहमियत रखते ने, सरपंच नहीं हैगा तो चौकीदार चलेगा। चौकीदार ने आखा जनाब तुहाडे बहन का प्रबंध करा, उन्हें आखा बहन का प्रबंध नहीं, अपने पिंड का चौधरी सद के लिया। हुण इहदे पिंड दे चौधरी का नाम आ मीरां कोट दे चौधरी का नाम आ भाई नथा खहरा, ते भाई नथे खहरे ने पग वटाई आ महताब सिंह भंगू मीरां कोटिए दे नाल, सज्जण बने भरा बने आ पक्के, इको जी उम्र, इको जे कद काठी, इको जे जवान होए, इन्ना प्यार सी दोवां दे विच। लोगों ने आख्या करना महताब सिंह तुहाडे नाल रब ने धोखा कर दिता, तुहानूं मां इको चाहीदी सी। एक दिन महताब सिंह भंगू मीरां कोटिया ते नथा खहरा यह दरबार साहब के सरोवर च इशनान कर रहे सी। इशनान करद्या करद्या महताब सिंह भंगू मीरां कोटिया ने अपनी पग ला के नथे खहरे वल वधा के आख्या, लै नथिया अपनी पग मैनू दे दे ते मेरी पग तू लै ला, असी भावे जन्म एक मां दी कुख तो नहीं लिया, असी गुरु रामदास दे घर विच खलो के पग वट भरा बन जाने आ, फिर कहड़ी गल दुनिया सानू भरा ही ते कहिंदी है ना। यह है दोस्ती, यह है सज्जनताई। पग वट भरा बनिया नथा खहरा महताब सिंह भंगू दा, ते जिद्दण महताब सिंह भंगू पिंड छड के गया सी ना, अपने निके जे बच्चे दी बांह नथे खैरे नूं फड़ा गया, कहिंदा लै वीरा पता नहीं केड़ी गोली जां केड़े तीर उत्ते मेरा नां लिखिया होवे, आ मेरे पुत दी पालना पोषणा तूं करनी आ। ओह नथे खैरे नूं सद्दिया गया पिंड दी सथ विच, क्योंकि चौकीदार तों बादा ओह पिंड दा चौधरी सी। फौजदार ने आख्या नथिया साडे सामने गल आई आ कि तेरे पिंड विच सरकार दा बागी रहिंदा है, उहदा टब्बर रहिंदा है। मैं आखा किहड़ा, उहने आखा महताब सिंह भंगू मीरां कोटिया, उहने आखा जनाब उहदे बड़े चिर दा चल गया, कहिंदा उह ते चल गया, उहदा बच्चा ते तेरे पिंड विच है, उहदा बच्चा फड़ के साडे दरबार च लै के आ, इत्थे लै के आ। नथे खहरे ने हथ जोड़ के आखा जनाब निके जे बच्चे दा की कसूर, बच्चा की जाने कतल की हुंदा, बंदा किवें मारीदा ए, मैं वादा करदा जिद्दण महताब सिंह आया मैं तुहानूं फड़ा देंगा, पर उह बच्चे जिहनूं छड्ड दिओ छोटे नूं। नूरदीन ने आखा गल्लां तूं नहीं सानूं समझाउणियां, असीं तैनूं हुक्म देने आ लै के आ, लै के आ महताब सिंह, असीं सिर वढ के खड़ना उत्थे। हुण नथा चौधरी तुरते पिया पर मन बड़ा भर गया भी इक बने ते पग वटाई आ महताब सिंह ना कि तेरे पुत दी राखी मैं करूं,
ਇੱਕ ਬੰਨੇ ਸਰਕਾਰ ਫੜਨ ਵਾਸਤੇ ਆ ਗਈ ਆ, ਹੁਣ ਨੌਕਰੀ ਕਰਾਂ ਕਿ ਸੱਜਣਤਾਈ ਨਿਭਾ ਕੇ ਵਿਖਾਵਾਂ। ਤੁਰਦਿਆਂ ਤੁਰਦਿਆਂ ਤੁਰਿਆ ਗਿਆ ਤੇ ਮਹਤਾਬ ਸਿੰਘ ਭੰਗੂ ਮੀਰਾ ਕੋਟੀਏ ਦਾ ਘਰ ਇੰਨੇ ਚਿਰ ਨੂੰ ਸਾਹਮਣੇ ਆ ਗਿਆ। ਜਦੋਂ ਘਰ ਦੇ ਅੰਦਰ ਦਾਖਲ ਹੋ ਗਿਆ, ਅਗਲੇ ਬੰਨਿਓ ਮਹਤਾਬ ਸਿੰਘ ਦਾ ਪੁੱਤ ਮਿੱਟੀ ਚ ਖੇਡਦਾ ਸੀ ਨਿਕਾ ਜਿਹਾ ਰਾਏ ਸਿੰਘ, ਉਹ ਭੱਜ ਕੇ ਨੱਥੇ ਦੀਆਂ ਲੱਤਾਂ ਨੂੰ ਚੰਬੜ ਕੇ ਕਹਿੰਦਾ, ਤਾਇਆ ਅੱਜ ਕਿੰਨੇ ਦਿਨ ਹੋ ਗਏ, ਤੂੰ ਮੈਨੂੰ ਮਿਲਣ ਵਾਸਤੇ ਕਿਉਂ ਨਹੀਂ ਆਇਆ, ਕਿੱਥੇ ਰਿਹਾ ਤੂੰ? ਜਦੋਂ ਨੱਥੇ ਚੌਧਰੀ ਨੇ ਬਾਲਕ ਰਾਏ ਸਿੰਘ ਨੂੰ ਨਿਗਾਹ ਭਰ ਕੇ ਵੇਖਿਆ ਨਾ, ਉਹਨੂੰ 8 ਸਾਲਾਂ ਦਾ ਬੱਚਾ ਨਹੀਂ, ਉਹਨੂੰ ਮਹਤਾਬ ਸਿੰਘ ਭੰਗੂ ਮੀਰਾਂ ਕੋਟੀਆ ਦਿਸਿਆ। ਉਹਨੇ ਮਨ ਨਾਲ ਫੈਸਲਾ ਕੀਤਾ, ਮਣਾ ਜੇ ਬੱਚਾ ਫੜਾ ਦਿੱਤਾ ਉਹਨਾਂ ਨੇ ਟੋਟੇ ਟੋਟੇ ਕਰ ਦੇਣਾ ਹੈ ਤੇ ਮੇਰਾ ਨਾਂ ਇਤਿਹਾਸ ਦੇ ਪੰਨਿਆਂ ਚ ਕਾਲੇ ਅੱਖਰਾਂ ਨਾਲ ਲਿਖਿਆ ਜਾਣਾ। ਜਦੋਂ ਜਦੋਂ ਮੇਰਾ ਨਾਂ ਲੋਕਾਂ ਲਿਆ ਕਰਨਾ, ਮੈਨੂੰ ਲਾਂਤਾਂ ਪਾਇਆ ਕਰਨੀਆਂ। ਇਹਨੇ ਬੱਚੇ ਨੂੰ ਚੁੱਕਿਆ ਤੇ ਆਪਣੇ ਮਨ ਦੇ ਨਾਲ ਇੱਕ ਫੈਸਲਾ ਕੀਤਾ ਹੈ। ਸੁਣੀਏ ਸਾਧ ਸੰਗਤ ਢਾਡੀ ਸਿੰਘਾਂ ਦੇ ਕੋਲੋਂ ਕੀ ਨੱਥਾ ਚੌਧਰੀ ਇਹ ਬੱਚਾ ਸਰਕਾਰ ਨੂੰ ਫੜਾਵੇਗਾ ਜਾਂ ਇਸ ਬੱਚੇ ਨੂੰ ਬਚਾਵੇਗਾ, ਉਹ ਕਿਹੜਾ ਕੰਮ ਕਰਨ ਲੱਗਾ ਏ? ਪਦਮ ਦਾ ਢਾਡੀ ਜੀ ਸਾਹਿਬ ਜੀ ਦੀ ਸੇਵਾ ਵਿੱਚ ਹੈ ਇੰਜ ਬਣਿਆ। ਦੁਸ਼ਮਣ ਹੱਥ ਫੜਾ
हाथ फड़ा वो सिरना उतरे हथिया ते 68 तीर्थना सिरना उतरे हथिया ते 68 तीर्थना वो सिरना उतरे हथिया ते 68 तीर्थना सिरना उतरे हथिया ते 68 तीर्थना सारी संगत शीस चुका के आखो सतनाम श्री वाहिगुरु जी। मेरे समय दे विचो चंद मिनट बाकी ने, मैं ला आखरी बार कह के समाप्ति जल्दी ना कर देनी क्योंकि मेरे तो बाद इस माइक का श्रृंगार बन वाला कविश्री जथा जिन्हें पूरी दुनिया दे विच गुरु पातशाह की कृपा दे नाल अपना नाम ना पैदा किया है, ज्ञानी महल सिंह जी चंडीगढ़ वाले उन्होंने पचंगी नाल बहुत ही बुलंद ते मिठिया आवाजा वाले वीर ने आए ने। मैं स्टेज वालों उन्होंने हार्दिक तौर पर महापुरशा वालों जीओ आया आखदा हाँ। उन्होंने आप जी के दर्शन दारे कर रहे, मैं एक वार कह के समाप्ति वाल आव। एक बार सारी संगत आखो सतनाम श्री वाहिगुरु जी। बाणी का फरमान है गली सो सज्जन भी गलां ना दे सारे ही सज्जन आ, रोटी पकदी आ सज्जन सारे ही आ, महंगी गड्डी रखी आ, महंगा मोबाइल आ, चार किले हैगे आ बैंक च पैसे चार हैगे आ, ते हर बंदा ही सज्जनताई पाउण नूं फिरदा क्योंकि रोटी पकदी आ। गली सो सज्जन वी इक टुंडेंदी ना लहा, जदन लभण चाहीदा उदन लभदा कख नहीं, परखे जान सज्जन उस वेले जद बाजी पुठी पैंदी। विद्वान कहिंदे ने यार ते हथियार दोवें परख के रखो, यार दी भी पता नहीं किदां लोड़ पैणी आ, हथियार दी भी पता नहीं किदां लोड़ पैणी आ। कई लोग कहिंदे साडे बड़े सज्जण, जदों घर जाईदा 10-10 मुंडे जांदे नाल, ओह 10-10 गए मां रोटियां खवाउंदी रही, मुड़ के मुड़की चुल्हे अगे हुंदी बैठी रही, ते जदन पई ना लोड़ उहनां दहां चों इक वी नहीं बौड़िया, मुड़ के इक वी नहीं बौड़दा। इस करके कहिंदे यार ते हथियार सज्जन उहनूं बनाओ जिन्हें लोड़ पैण ते तुहाडे साथ निभ जाणा है, निभणा जिन्ने। महताब सिंह भंगू मीरां कोटिए ने सज्जन बनाया बाबे नथे खहरे नूं। अज सज्जन ताई एक प्रीख्या दे दौर चों लंघण लगी आ, एक बन्ने सज्जन ताई आ ते एक बन्ने मौत आ। मौत सीने ना लावां के सज्जन ताई नभावां, उन्हें नथे ने बालक राय सिंह नूं चुकिया ते अपने सीने ना ला के अपने मन ना फैसला कर लिया, मरना ते परवाणिया पर वटाई हुई पग नूं लाज नहीं लगन देनी। जे अज पग नूं लाज लगी गां लोकां ने पगां वटाउणियां छड देनियां ने, फिर पग नहीं कोई वटाया करेगा। बंदे ने कपड़े जिन्ने मर्जी महंगे पाए, हुण पेंट कोट जिन्ना मर्जी महंगा होवे, कुर्ता पजामा चोला जिन्ना मर्जी महंगा होवे, बूट जिन्ने मर्जी महंगे होणा, पग का स्थान नहीं जे कोई लै सकता, दस्तार का स्थान कोई नहीं जे लै सकता। शरीर के कपड़े वेखिए तो सब तो सस्ती होंगी आ पग, 500-700, 400-500 रुपये तक पग आ जाती है वधिया। कोट भावें 50,000 का भी पाया हो, कोट लथ जाए तो कोई नहीं कहता परे पंचायत बंदिया तेरे पल्ले कख नहीं रहा, तो जदन पग लथ जाए कहें तेरे पल्ले कख नहीं रहा, भावें तू 50,000 का सूट क्यों नहीं सी पाया। पग की जगह कोई नहीं लै सकता, यह सरदारी है। नथे चौधरी ने बच्चे नूं चुकिया ते अपने घर आ गया, उत्थों निकलिया ते अपने घर, सरकार को नहीं गया, घर आके उन्हें कुंडा मार दिता, कुंडा मार दिता ते मुंडा बैठा सी वेड़े च नथे दा। नथे चौधरी ने आवाज मार के आखा पुत्रा मैं फैसला कर लिया है, मैं सज्जन ताई की खातर पग की खातर अपनी जान निशावर कर दांगा, यह बच्चा मैं बचाउणा जिदा मर्जी बचाउणा है। मुंडा उठ के खलो गया, कहिंदा पिता जी मैं तुहाडे नाल आ, बच्चा बचाउण वास्ते प्यो पुत होए तैयार। इन्हें चिर नूं घर दे विच भाणजा आया सी नथे दा भाणजा, उहने आखा प्रौणा समझ के ना छड्ड जिओ,
ਤੁਸੀਂ ਦੋ ਨਹੀਂ ਤੇ ਜਾਂ ਮੈਂ ਵੀ ਹੈਗਾ ਜੇ ਬੱਚਾ ਤਿੰਨ ਜਾਣੇ ਬਚਾਵਾਂਗੇ। ਤਿੰਨ ਹੋ ਗਏ। ਮਜ਼ਬੀ ਸਿੰਘ ਸੀਰੀ ਬਰਵਾਲਾ ਉਹ ਖੁਰਲੀ ਦੇ ਪੱਠੇ ਠੀਕ ਕਰਦਾ ਸੀ। ਉਹਨੇ ਤਿੰਨਾਂ ਦੀ ਗੱਲ ਸੁਣੀ। ਦਾਤਰੀ ਤੱਪੜ ਵਗਾ ਕੇ ਵਿਹੜੇ ਚ ਮਾਰ ਕੇ ਕਹਿੰਦਾ ਆ ਚੁੱਕੋ ਆਪਣਾ ਦਾਤਰੀ ਤੱਪੜ, ਬੜਾ ਚਿਰ ਤੁਹਾਡੇ ਪੱਠੇ ਪਾਲੇ, ਹੁਣ ਇਤਿਹਾਸ ਦੇ ਪੰਨਿਆਂ ਚ ਨਾਂ ਚਮਕਾਉਣ ਦਾ ਵੇਲਾ ਆ ਗਿਆ, ਮੈਂ ਵੀ ਤੁਹਾਡੇ ਨਾਲ ਜੇ। ਬਰਵਾਲਾ ਸਮਝ ਕੇ ਨਾ ਛੱਡ ਜਿਓ, ਕੰਮ ਵਾਲਾ ਸਮਝ ਕੇ ਨਾ ਛੱਡ ਜਿਓ। ਚਾਰ ਹੋ ਗਏ। ਇਹਨੇ ਚਿਰ ਨੂੰ ਘਰ ਦਾ ਦਰਵਾਜ਼ਾ ਖੜਖੜ ਕਰਕੇ ਖੜਕਿਆ, ਦਰਵਾਜ਼ਾ ਖੋਲਿਆ। ਅਗਲੇ ਬੰਨੇ ਪਿੰਡ ਦਾ ਚੌਂਕੀਦਾਰ ਖਲੋਤਾ ਸੀ। ਚੌਂਕੀਦਾਰ ਨੇ ਆਖਿਆ ਚੌਧਰੀ ਸਾਹਿਬ, ਮੇਰਾ ਦਾਦਾ ਚੌਂਕੀਦਾਰ, ਮੇਰਾ ਪਿਓ ਚੌਂਕੀਦਾਰ, ਤੇ ਮੈਂ ਵੀ ਲੋਕਾਂ ਦੇ ਘਰਾਂ 'ਚ ਚੌਂਕੀਦਾਰਾ ਕਰਦੇ ਮਰ ਜਾਣਾ, ਕਿਸੇ ਨੇ ਨਾਂ ਨਹੀਂ ਲੈਣਾ। ਤੁਸੀਂ ਚਾਰ ਨਹੀਂ ਪੰਜਵਾਂ, ਮੈਂ ਵੀ ਜੇ ਬੱਚਾ ਬਚਾਵਾਂਗੇ ਤੇ ਪੰਜ ਜਾਣੇ ਬਚਾਵਾਂਗੇ। ਹੁਣ ਪੰਜ ਹੋ ਗਏ। ਬੱਚਾ ਚੁੱਕਿਆ ਤੇ ਘਰ ਦੀ ਕੰਧ ਟੱਪੀ ਦੇ ਖੇਤਾਂ ਵੱਲ ਨੂੰ ਭੱਜ ਗਏ। ਨੱਥੇ ਦੇ ਕੋਲ ਸ੍ਰੀ ਸਾਹਿਬ ਏ, ਇੱਕ ਤੀਰ ਕਮਾਨ ਤੇ ਤੀਰਾਂ ਵਾਲਾ ਪੱਥਾ ਏ, ਉਹਦੇ ਪੁੱਤ ਦੇ ਕੋਲ ਤੇ ਭਾਣਜੇ ਦੇ ਕੋਲ ਨੇਜਾ ਏ, ਮਜ਼ਬੀ ਸਿੰਘ ਦੇ ਕੋਲ ਤੇ ਚੌਂਕੀਦਾਰ ਦੇ ਕੋਲ ਸੋਟਾ ਏ। ਆਹ ਉਹਨਾਂ ਦੇ ਪੰਜ ਸ਼ਸਤਰ ਨੇ, ਭੱਜੇ ਜਾਂਦੇ ਨੇ। ਕਿਸੇ ਨੇ ਚੁਗਲੀ ਮਾਰ ਕੇ ਆਖਿਆ ਨੂਰਦੀਨ ਸਾਹਿਬ ਨੱਥਾ ਨਿਕਲ ਗਿਆ ਜੇ, ਨੱਥਾ ਗਦਾਰੀ ਕਰ ਗਿਆ ਜੇ, ਤੁਸੀਂ ਰਾਏ ਸਿੰਘ ਇੱਥੇ ਲਿਆਉਣ ਲਈ ਆਖਿਆ ਸੀ, ਉਹ ਰਾਏ ਸਿੰਘ ਨੂੰ ਲੈ ਕੇ ਭੱਜ ਗਿਆ ਏ। ਫੌਜਾਂ ਮਗਰ ਚੜੀਆਂ। ਨੱਥਾ ਭੱਜਾ ਜਾਂਦਾ ਖੇਤਾਂ ਦੇ ਵਿੱਚ, ਉਹਨੇ ਇੱਕਦਮ ਆਖਿਆ ਖਲੋ ਜੋ, ਖਲੋਤੇ। ਉਹਦੇ ਕੰਨਾਂ 'ਚ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਪਈ, ਕਹਿੰਦਾ ਪੁੱਤਰੋ ਮਰ ਅੱਜ ਵੀ ਜਾਣਾ ਤੇ ਮਰ ਕੱਲ੍ਹ ਵੀ ਜਾਣਾ। ਭੱਜਦਿਆਂ ਭੱਜਦਿਆਂ ਮਗਰ ਗੋਲੀ ਵੱਜ ਗਈ ਲੱਕ ਦੇ ਵਿੱਚ, ਪਿੱਠ 'ਚ ਤੀਰ ਵੱਜ ਗਿਆ, ਤੇ ਕੀ ਮੂੰਹ ਦੇਵਾਂਗੇ ਰੱਬ ਨੂੰ। ਹੁਣ ਰੱਬ ਦੇ ਆਸਰੇ ਛੱਡ ਕੇ ਆਪਣੀਆਂ ਜ਼ਿੰਦਗੀਆਂ, ਇਸ ਬੱਚੇ ਨੂੰ ਵੀ ਬਚਾਈਏ ਤੇ ਅੱਗੇ ਹੋ ਕੇ ਲੜੀਏ। ਖੇਤਾਂ ਦੇ ਵਿੱਚ ਆ ਗਈ ਵੱਟ। ਵੱਟ ਨੂੰ ਬਣਾ ਕੇ ਮੋਰਚਾ ਤੇ ਪੰਜੇ ਜਾਣੇ ਡਟ ਗਏ। ਇਹਨੇ ਚਿਰ ਨੂੰ ਫੌਜ ਨੇੜੇ ਆਈ। ਨੱਥੇ ਦਾ ਭਾਣਜਾ ਲੜਿਆ ਤੇ ਲੜ ਕੇ ਸ਼ਹੀਦ ਹੋ ਗਿਆ। ਨੱਥੇ ਦਾ ਪੁੱਤ ਲੜਿਆ ਤੇ ਲੜ ਕੇ ਸ਼ਹੀਦ ਹੋ ਗਿਆ। ਬਰਵਾਲਾ ਲੜਿਆ ਤੇ ਲੜ ਕੇ ਸ਼ਹੀਦ ਹੋ ਗਿਆ। ਨੱਥੇ ਦਾ ਚੌਂਕੀਦਾਰ ਲੜਿਆ ਤੇ ਲੜ ਕੇ ਸ਼ਹੀਦ ਹੋ ਗਿਆ। ਹੁਣ ਰਹਿ ਗਿਆ ਨੱਥਾ ਇਕੱਲਾ ਤੇ ਜਾਂ ਮਹਤਾਬ ਸਿੰਘ ਭੰਗੂ ਮੀਰਾਂ ਕੋਟੀਏ ਦਾ ਪੁੱਤ ਰਾਏ ਸਿੰਘ। ਨੱਥੇ ਨੇ ਆਪਣੀ ਕਮਾਨ ਵੱਟ ਤੇ ਰੱਖੀ ਤੇ ਤੰਦੀ ਤੇ ਚਾੜ ਚਾੜ ਕੇ ਉਹਨੇ ਕੁੰਡੀਏ ਤੀਰ ਛੱਡੇ, ਤੇ ਜਦੋਂ ਤੀਰ ਚਲਾਵੇ ਤੇ ਉਹ ਨਿਕਾ ਜਿਹਾ ਬੱਚਾ ਰਾਏ ਸਿੰਘ ਭੱਥੇ ਚੋਂ ਤੀਰ ਕੱਢ ਕੱਢ ਕੇ ਫੜਾਵੇ, ਕਹਿੰਦਾ ਲੈ ਪਾਇਆ, ਮੈਂ ਤੀਰ ਤੇ ਫੜਾ ਸਕਦਾ ਨਾ, ਮੈਂ ਲੜ ਨਹੀਂ ਸਕਦਾ। ਤੇ ਉਹਨੇ ਸ਼ਾਬਾਸ਼ ਦੇਖਿਆ, ਖਾ ਵਾਹ ਮਰਦ ਦਿਆਂ ਬੱਚਿਆ, ਮੌਤ ਸਿਰ ਤੇ ਕੂਕਦੀ ਹੋਵੇ ਤੇ ਗੱਲਾਂ ਹਥਿਆਰਾਂ ਦੀਆਂ ਹੋਣ। ਲੜਿਆ। ਬਾਪੂ ਸੀਤਲ ਜੀ ਕਹਿੰਦੇ ਨੇ ਨੱਥੇ ਦੇ ਚੱਲੇ ਤੀਰ ਦੋਵਾਂ ਦੋਵਾਂ ਬੰਦਿਆਂ ਦੀ ਹਿੱਕ ਵਿੰਨਣ ਦਾ ਮਾਦਾ ਰੱਖਣ ਰਹੇ ਸਨ। ਜੰਗ ਦਾ ਪਾਸਾ ਹੀ ਪਲਟ ਦਿੱਤਾ, ਇਕੱਲੇ ਮਰਦ ਨੇ ਕੋਈ ਲਾਗੇ ਹੀ ਨਾ ਲੱਗੇ, ਪਰ ਐਨ ਮੌਕੇ ਇਤਿਹਾਸ ਨੇ ਆਪਣਾ ਪਾਸਾ ਬਦਲਿਆ। ਕਮਾਨ ਦੀ ਤੰਦੀ ਟੁੱਟ ਗਈ ਨੱਥੇ ਖਹਿਰੇ ਦੀ, ਕਮਾਨ ਦੀ ਤੰਦੀ। ਹੁਣ ਤੀਰ ਨਕਾਰੇ ਹੋ ਗਏ, ਫੌਜ ਅੱਗੇ ਵਧਣ ਲੱਗੀ। ਨੱਥੇ ਚੌਧਰੀ ਨੇ ਆਖਿਆ ਰਾਏ ਸਿਆ, ਜਿੰਨਾ ਚਿਰ ਰਗਾਂ 'ਚ ਚੱਲਦਾ ਖੂਨ ਤੇਰਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ, ਹੁਣ ਮੈਂ ਲੜਾਂਗਾ, ਤੂੰ ਮੇਰੀਆਂ ਲੱਤਾਂ ਦੇ ਮਗਰ ਆ ਜਾ। ਜਿੰਨਾ ਚਿਰ ਮੈਂ ਲੜਦਾ ਰਿਹਾ ਤੂੰ ਲੱਤਾਂ ਤੋਂ ਬਾਹਰ ਨਹੀਂ ਆਉਣਾ। ਬਾਲਕ ਰਾਏ ਸਿੰਘ ਨੂੰ ਨੱਥਾ ਚੌਧਰੀ ਲੈ ਕੇ ਮੈਦਾਨੇ ਜੰਗ ਵਿੱਚ ਆਇਆ। ਕਮਾਨ ਦੀ ਤੰਦੀ ਟੁੱਟ ਗਈ, ਉਹਨੇ ਸ੍ਰੀ ਸਾਹਿਬ ਧੂ ਕੇ ਲਹਿਰਾ ਕੇ ਆਕਾਸ਼ ਵਿੱਚ ਮਾਰ ਕੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਪਾ ਕੇ ਮੱਥੇ ਤੇ ਤਿਉੜੀ ਲਿਆ ਕੇ ਅੱਖਾਂ ਵਿੱਚ ਲਾ ਲਈ। ਉਹਨੇ ਵਟਾਈ ਹੋਈ ਪੱਗ ਤੇ ਫੜੀ ਹੋਈ ਬਾਂਹ ਦੀ ਲਾਜ ਜਿਵੇਂ ਨਿਭਾਈਏ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ।
ਮੇਰੀ ਦਾਦੇ ਤੀਰ ਚੱਲੇ ਹੋਏ ਬੜੀ ਦੀ ਕਮਾਰ ਦਾ ਹੋ ਸੁੱਕੇ ਹੁਣ ਸੀਨਿਆਂ ਚੋਂ ਪਾਰ ਸ਼ਹੀਦ ਰਾਏ ਸਿੰਘ ਕੱਲਾ ਰਹਿ ਗਿਆ ਤੇ ਅੱਗੇ ਭੱਜ ਗਿਆ ਅੱਗੇ ਲਾ ਕੇ ਭੱਜਾ ਤੇ ਪਠਾਨ ਦਾ ਪੁੱਤ ਮਗਰ ਭੱਜਾ ਤੇਗ ਦਾ ਭਰਵਾਂ ਵਾਰ ਹੋਇਆ ਗਰਦਨ ਕੱਟੀ ਗਈ ਪਰ ਕੁਦਰਤ ਨੇ ਰੱਖਿਆ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ ਸਾਰ ਰਗ ਬਚ ਗਈ ਖੂਨ ਦੇ ਪ੍ਰਣਾਲੇ ਵਗੇ ਪਠਾਣਾ ਨੂੰ ਚਾਹ ਚੜ ਗਿਆ ਫੌਜ ਨੂੰ ਚਾਹ ਚੜ ਗਿਆ ਅਸੀਂ ਆਪਣਾ ਸ਼ਿਕਾਰ ਮਾਰ ਲਿਆ ਵਾਪਸ ਮੁੜ ਗਏ ਇੱਕ ਮਾਲਣ ਲੰਘੀ ਉਹਨੇ ਲਾਸ਼ਾਂ ਦੇ ਵਿੱਚੋਂ ਇੱਕ ਸਹਿਕ ਦਾ ਬੱਚਾ ਵੇਖਿਆ ਉਹ ਰਾਏ ਸਿੰਘ ਉਹਨੇ ਚੁੱਕ ਕੇ ਉਸ ਬੱਚੇ ਦੀ ਰਿਸ਼ਤੇਦਾਰੀ ਚ ਪਤਾ ਕਰਕੇ ਪਹੁੰਚਾ ਦਿੱਤਾ ਦਵਾ ਬੂਟੀ ਹੋਈ ਬੱਚੇ ਦਾ ਜ਼ਖਮ ਠੀਕ ਹੋ ਗਿਆ ਉਹ ਰਾਏ ਸਿੰਘ ਜਵਾਨ ਹੋਇਆ
ਵੱਡੇ ਘੱਲੂਘਾਰੇ ਚ ਲੋੜੇ ਦਾ ਲੜਿਆ, ਬਹੁਤ ਲੜਿਆ, ਬਹੁਤ ਲੜਿਆ। ਸਰਦਾਰ ਸ਼ਾਮ ਸਿੰਘ ਦੀ ਧੀ ਨਾਲ ਉਹਦਾ ਫਿਰ ਆਨੰਦ ਕਾਰਜ ਹੋਇਆ ਤੇ ਉਹਦੇ ਘਰ ਇੱਕ ਪੁੱਤ ਨੇ ਜਨਮ ਲਿਆ ਜਿਹਨੂੰ ਆਖਿਆ ਜਾਂਦਾ ਭਾਈ ਰਤਨ ਸਿੰਘ ਭੰਗੂ, ਜਿਹਨੇ ਪ੍ਰਾਚੀਨ ਪੰਥ ਪ੍ਰਕਾਸ਼ ਨਾਂ ਦਾ ਗ੍ਰੰਥ ਲਿਖਿਆ। ਤੇ ਇਸੇ ਰਾਏ ਸਿੰਘ ਦੇ ਪਰਿਵਾਰ ਵਿੱਚੋਂ ਮੁੜ ਕੇ ਜਰਨਲ ਸ਼ਬੇਗ ਸਿੰਘ ਹੋਇਆ ਹੈ, ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਨਾਲ ਉਸ ਜੂਨ 84 ਦੇ ਘੱਲੂਘਾਰੇ ਵਿੱਚ ਆਖਰੀ ਸਮੇਂ ਤੱਕ ਆਪਣੀਆਂ ਜਾਨਾਂ ਕੁਰਬਾਨ ਕਰਦਾ ਹੈ। ਆਉਣਾ ਸਫਲ ਜਹਾਨ ਵਿੱਚ ਉਸ ਦਾ ਏ ਜਿੰਦ ਜਾਣ ਜੋ ਕੰਮ ਤੋਂ ਵਾਰਦਾ ਏ ਤਨ ਆਪਣਾ ਦੇਸ਼ ਦੇ ਲਾ ਲੇਖੇ ਜਸ ਕਰਦਾ ਸਾਰੇ ਸੰਸਾਰ ਦਾ ਏ ਉੱਚਾ ਹੁੰਦਾ ਉੱਚਾ ਹੁੰਦਾ ਸਮੇਂ ਦੀ ਸਮਾਪਤੀ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ੋ। ਧੰਨਵਾਦ ਹੈ ਗੁਰੂ ਕੀ ਸਨਮਾਨਯੋਗ ਸੰਗਤ ਦਾ, ਬਹੁਤ ਪ੍ਰੇਮ ਸਨੇਹ ਤੇ ਮੁਹੱਬਤ ਤੁਸੀਂ ਆਪ ਜੀ ਦੇ ਚਰਨਾਂ ਵਿੱਚੋਂ ਬਖਸ਼ੀਏ। ਸਤਿਕਾਰਯੋਗ ਮਹਾਂਪੁਰਸ਼ ਬਾਬਾ ਬਚਨ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਨਦਰੋ ਕਰਮ ਹੋਈਏ ਮਹਾਂਪੁਰਸ਼ਾਂ ਦੇ ਜਿਹਨਾਂ ਗੁਰੂ ਬਾਬੇ ਦੀ ਹਜ਼ੂਰੀ 'ਚ ਖਲੋ ਕੇ ਇਸ ਮਹਾਨ ਤੇ ਪਵਿੱਤਰ ਸਥਾਨ ਉੱਤੇ ਆ ਕੇ ਤੁਹਾਡੇ ਜੋੜੇ ਝਾੜਨ ਦਾ ਸਾਡੇ ਵਰਗੇ ਨਾਚੀਜ਼ ਤੇ ਜ਼ੀਰੋ ਬੰਦਿਆਂ ਨੂੰ ਸਮਾਂ ਦਿੱਤਾ ਹੈ, ਇਹ ਤੁਹਾਡੀ ਬਖਸ਼ਿਸ਼ ਹੈ, ਤੁਹਾਡੀ ਰਹਿਮਤ ਹੈ। ਮਹਾਂਪੁਰਸ਼ਾਂ ਦਾ ਧੰਨਵਾਦ, ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਬੜੀ ਸੇਵਾ ਵੀਰਾਂ ਨੇ ਕੀਤੀ ਹੈ, ਜਿੱਥੇ ਢਾਡੀ ਸਿੰਘਾਂ ਨੂੰ ਕਵੀਸ਼ਰ ਸਿੰਘਾਂ ਨੂੰ ਠਹਿਰਾਇਆ ਗਿਆ ਸੀ ਨਾ, ਘਰ ਦਾ ਤਾਂ ਚੇਤਾ ਹੀ ਨਹੀਂ ਆਉਂਦਾ ਇੱਕ ਦੋ ਦਿਨ ਉੱਥੇ। ਇੰਨਾ ਪਿਆਰ, ਇੰਨੀ ਮੁਹੱਬਤ, ਇੰਨਾ ਸਨੇਹ ਉਹ ਸੇਵਾਦਾਰਾਂ ਵੱਲੋਂ ਦਿੱਤਾ ਗਿਆ। ਮੇਰੀ ਅਰਦਾਸ, ਜਿੰਨੇ ਸੇਵਾਦਾਰ ਉੱਥੇ ਸੇਵਾ ਕਰਦੇ ਆ, ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਦਾਤ ਬਖਸ਼ਣ। ਸਟੇਜ ਸਕੱਤਰ ਸਹਿਬਾਨ ਭਾਈ ਸੁਖਵਿੰਦਰ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਬਾਬਾ ਗੁਰਜੰਟ ਸਿੰਘ ਜੀ ਉਹਨਾਂ ਦਾ ਧੰਨਵਾਦ, ਜਿਹੜੇ ਇਸ ਪਵਿੱਤਰ ਸਥਾਨ ਉੱਤੇ ਮਹਾਂਪੁਰਸ਼ਾਂ ਦੇ ਹੁਕਮ ਅਨੁਸਾਰ ਸੇਵਾਵਾਂ ਦਿੰਦੇ ਨੇ। ਸੋ ਬੜੀ ਪਿਆਰ ਵਾਲੀ ਰੂਹ ਨੇ, ਉਹ ਵੀ ਹਾਰਦਿਕ ਸਨੇਹ ਹਰ ਜਥੇ ਨੂੰ ਦਿੰਦੇ ਨੇ। ਸੰਗਤ ਦਾ ਬਹੁਤ ਬਹੁਤ ਧੰਨਵਾਦ, ਸਾਊਂਡ ਵਾਲੇ ਵੀਰਾਂ ਦਾ ਬਹੁਤ ਧੰਨਵਾਦ, ਜਿਨ੍ਹਾਂ ਨੇ ਬਾ ਕਮਾਲ ਸੈਟਿੰਗ ਕਰਕੇ ਆਪ ਜੀ ਤੱਕ ਇਹ ਸਾਰਾ ਪ੍ਰੋਗਰਾਮ ਪਹੁੰਚਾਇਆ। ਸਿੱਖ ਨੇਸ਼ਨ ਟੀਵੀ ਵਾਲੇ ਜਿਹੜੇ ਯੂਟਿਊਬ ਉੱਤੇ ਸਾਰਾ ਪ੍ਰੋਗਰਾਮ ਲਾਈਵ ਕਰ ਰਹੇ ਨੇ, ਦੂਰ ਦੁਰਾਡੇ ਬੈਠੀ ਸੰਗਤ ਇਸ ਪ੍ਰੋਗਰਾਮ ਨੂੰ ਲਾਈਵ ਵੇਖ ਰਹੀ ਹੈ, ਇਹਨਾਂ ਦਾ ਵੀ ਹਾਰਦਿਕ ਤੌਰ 'ਤੇ ਧੰਨਵਾਦ ਕੀਤਾ ਜਾਂਦਾ। ਧੰਨਵਾਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ, ਜਿਨ੍ਹਾਂ ਤੁਹਾਡੇ 'ਤੇ ਤਰਸ ਕੀਤਾ, ਸਾਡੇ 'ਤੇ ਤਰਸ ਕੀਤਾ, ਮਿਲ ਬੈਠ ਕੇ ਆਪਾਂ ਨੂੰ ਗੁਰੂ ਦੀ ਗੱਲ, ਗੁਰੂ ਦੀ ਵਿਚਾਰ ਕਰਨ ਦਾ ਮੌਕਾ ਦਿੱਤਾ, ਇਹ ਜਥਾ ਤੁਹਾਡਾ ਹੈ। ਗਿਆਨੀ ਗੁਰਪ੍ਰਤਾਪ ਸਿੰਘ ਪਦਮ ਪਿੰਡ ਖਾਪੜਖੇੜੀ ਜ਼ਿਲ੍ਹਾ ਅੰਮ੍ਰਿਤਸਰ, ਭਾਈ ਬਿਕਰਮਜੀਤ ਸਿੰਘ ਲਾਲੂ ਘੁੰਮਣ ਜਿਹਦਾ ਛੋਟਾ ਨਾਮ ਮਿੰਨੀ ਚੰਗਿਆੜਾ, ਕਿਉਂਕਿ ਗਿਆਨੀ ਹਰਭਜਨ ਸਿੰਘ ਜੀ ਚੰਗਿਆੜਾ ਸਾਹਿਬ, ਗਿਆਨੀ ਗੁਰਮੁਖ ਸਿੰਘ ਜੀ ਵਲਟੋਆ ਸਾਹਿਬ ਮੇਰੇ ਉਸਤਾਦ, ਉਹਨਾਂ ਦੇ ਨਾਲ ਜਿਹੜੇ ਚੰਗਿਆੜਾ ਸਾਹਿਬ ਆਉਂਦੇ ਸਨ ਇਹਨਾਂ ਸਟੇਜਾਂ ਉੱਤੇ, ਉਹਨਾਂ ਦਾ ਇਹ ਸ਼ਾਗਿਰਦ ਏ ਜਿਹਨਾਂ ਦਾ ਸਾਨੀ ਢਾਡੀ ਕਲਾ 'ਚ ਅਜੇ ਤੱਕ ਕੋਈ ਨਹੀਂ ਹੈਗਾ, ਦੁਨੀਆਂ ਤੋਂ ਜਾ ਚੁੱਕੇ ਨੇ, ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਸਰੰਗੀ ਮਾਸਟਰ ਭਾਈ ਮਨਮੋਹਨ ਸਿੰਘ ਜੀ, ਭਾਈ ਕੁਲਦੀਪ ਸਿੰਘ ਫਤਿਹ ਪਿੰਡ ਵਣੀਏ ਕੇ ਆਪ ਜੀ ਦੇ ਦਰਸ਼ਨ ਦਿਦਾਰੇ ਕਰ ਰਹੇ ਸਨ। ਅਗਲਾ ਪ੍ਰੋਗਰਾਮ ਬੜੀ ਚੜ੍ਹਦੀ ਕਲਾ ਵਾਲਾ ਹੈ, ਸਟੇਜ ਸਕੱਤਰ ਸਾਹਿਬਾਨ ਪਾਸੋਂ ਸਰਵਣ ਕਰੋ, ਸਾਡੀਆਂ ਭੁੱਲਾਂ ਚੁੱਕਾਂ ਦੀ ਮੁਆਫੀ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।